ਸਤਿ ਸ਼੍ਰੀ ਅਕਾਲ ਜੀ, ਜੀ ਟੀ ਰੋਡ ਐਫ ਐਮ ਦੇਖ ਰਹੇ ਹੋ ਅਤੇ ਮੈਂ ਹਾਂ ਵਰਿੰਦਰ ਔਲਖ। ਦੋਸਤੋ, ਦਿੱਲੀ ਦੇ ਦਰਵਾਜ਼ਿਆਂ 'ਤੇ, ਦਿੱਲੀ ਦੀਆਂ ਬਰੂਹਾਂ 'ਤੇ, ਦਿੱਲੀ ਦੇ ਦੀਆਂ ਸਰਹੱਦਾਂ 'ਤੇ ਕਿਸਾਨ ਡਟੇ ਹੋਏ ਨੇ। ਮੀਂਹ ਦੇ ਵਿੱਚ, ਧੁੰਦ ਦੇ ਵਿੱਚ, ਠੰਡ ਦੇ ਵਿੱਚ ਬਿਨਾਂ ਪਰਵਾਹ ਕੀਤੇ ਹੋਏ ਕਿਸਾਨ ਡਟੇ ਹੋਏ ਨੇ ਆਪਣੇ ਹੱਕਾਂ ਦੇ ਲਈ। ਅਤੇ ਕਿਸਾਨਾਂ ਦੀ ਹੌਸਲਾ ਅਫਜਾਈ ਵਾਸਤੇ ਵੱਖ ਵੱਖ ਖੇਤਰ ਦੇ ਲੋਕ, ਉਹ ਭਾਵੇਂ ਡਾਕਟਰ ਹੋਣ, ਵਕੀਲ ਹੋਣ, ਕਲਾਕਾਰ ਹੋਣ, ਗਾਇਕ ਹੋਣ, ਹਰ ਇੱਕ ਖੇਤਰ ਦੇ ਵਿਅਕਤੀ ਆਪਣਾ ਯੋਗਦਾਨ ਪਾਉਣ ਦੇ ਵਾਸਤੇ ਪਹੁੰਚ ਰਹੇ ਨੇ। ਸਾਡੇ ਨਾਲ ਕੁਝ ਕਲਾਕਾਰ ਨੇ, ਉਹ ਰਵਾਇਤੀ ਸਾਡੇ ਜਿਹੜੇ ਗਾਣੇ ਨੇ ਉਹ ਗਾਉਂਦੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸੋ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ। ਹਾਂਜੀ, ਬਹੁਤ ਮਿਹਰਬਾਨੀ ਜੀ। ਤੁਸੀਂ ਕੀ ਸੁਣਾਉਂਦੇ ਹੋ ਅਤੇ ਕਿੱਥੋਂ ਆਏ ਹੋ ਇਹ ਦੱਸ ਦਿਓ। ਅਸੀਂ ਜੀ, ਸਾਡਾ ਜ਼ਿਲ੍ਹਾ ਫਾਜ਼ਿਲਕਾ ਜੀ, ਤਹਿਸੀਲ ਜਲਾਲਾਬਾਦ ਪੱਛਮੀ ਜੀ, ਅਤੇ ਪਿੰਡ ਸਾਡਾ ਪ੍ਰਭਾਤ ਸਿੰਘ ਵਾਲਾ ਜੀ, ਮੈਂ ਜਰਨੈਲ ਸਿੰਘ ਜੈਲਾ ਗਾਉਣ ਵਾਲਾ, ਅਤੇ ਇਹ ਮੇਰਾ ਢੋਲਕ ਮਾਸਟਰ ਖੰਡਾ ਸਿੰਘ, ਅਤੇ ਇਹ ਮੇਰਾ ਸਾਥੀ ਸੋਨਾ ਸਿੰਘ, ਅਲਗੋਜੇ ਮਾਸਟਰ ਜਿਹੜੇ ਅਲਗੋਜੇ ਵਜਾਉਂਦਾ ਹੈ, ਆਹ ਅਲਗੋਜੇ ਨੇ ਇਹ ਵਜਾਉਂਦਾ ਹੈ, ਅਤੇ ਅਸੀਂ 30-35 ਸਾਲ ਤੋਂ ਇਕੱਠੇ ਲੱਗੇ ਆ ਰਹੇ ਹਾਂ, ਅਤੇ ਇਹ ਅਸੀਂ ਕਲਾਕਾਰੀ ਵੀ ਸਟੇਜਾਂ 'ਤੇ ਵੀ ਗਾਉਂਦੇ ਹਾਂ, ਅਤੇ ਧਾਰਮਿਕ ਵੀ ਗੀਤ ਗਾਉਂਦੇ ਹਾਂ, ਅਤੇ ਸ਼ਬਦ ਵੀ ਲਾਉਂਦੇ ਹਾਂ, ਅਤੇ ਯਾਨੀ ਖੱਦਰ ਭੰਡਾਰ ਵੀ ਗਾਉਂਦੇ ਹਾਂ। ਜੇ ਸਾਨੂੰ ਕੋਈ ਬੁਕਿੰਗ ਵੀ ਕਰਨਾ ਚਾਹੇ ਤਾਂ ਮੈਂ ਆਪਣੇ ਆਪ ਗੀਤ ਲਿਖ ਕੇ ਗਾਉਂਦਾ ਹਾਂ, ਜੋ ਵੀ ਕਿਸੇ ਤਰ੍ਹਾਂ ਦਾ ਮੇਰੇ ਕੋਲ ਗੀਤ ਸੁਣੇ ਕੋਈ, ਕਿਉਂਕਿ ਨਾ ਲੋਕ ਸੁਣਨਾ ਚਾਹੁੰਦੇ ਆ ਇਹੋ ਜਿਹੀਆਂ ਰਵਾਇਤੀ ਜਿਹੜੀਆਂ ਸਾਡੀਆਂ ਪੁਰਾਣੀਆਂ ਪੁਰਾਤਨ ਚੀਜ਼ਾਂ ਨੇ ਪੁਰਾਣੀਆਂ। ਹਾਂ, ਅਤੇ ਕੋਈ ਨਾ ਆਪਾਂ ਸ਼ੁਰੂ ਦੇ ਵਿੱਚ ਹੀ ਜਿਹੜੀ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਵੇ ਅਤੇ ਤੁਹਾਨੂੰ ਆਪ ਨੂੰ ਵੀ ਚੰਗੀ ਲੱਗਦੀ ਹੋਵੇ, ਉਹ ਚੀਜ਼ ਸੁਣਾ ਦਿਓ ਜੀ। ਮੈਂ ਪੁਰਾਣੇ ਉਸਤਾਦਾਂ ਦਾ ਗੀਤ ਸੁਣਾ ਰਿਹਾ, ਅਤੇ ਸਾਡੇ ਫੋਨ ਨੰਬਰ 9478782614, 9478782614, ਜੇ ਕੋਈ ਸੰਪਰਕ ਕਰਨਾ ਚਾਹੁੰਦਾ ਹੈ, ਜੇ ਕੋਈ ਸਾਡੇ ਮਾਨਤਾਨ ਵੀ ਕੋਈ ਦੂਰ ਭਰਾ ਜਿਹੜਾ ਬਾਹਰ ਦੇ ਮੁਲਕ ਬੈਠਾ ਕਰਦਾ, ਅਤੇ ਅਸੀਂ ਐਂ ਗਰੀਬ, ਇਹਨਾਂ ਕੋਲ ਤਾਂ ਜਮਾਂ ਹੀ ਕੋਈ ਨਹੀਂ ਮਰਲਾ ਵੀ ਜ਼ਮੀਨ ਦਾ, ਅਤੇ ਮੇਰੇ ਕੋਲ 2 ਕਿੱਲੇ ਹੈ, ਫਿਰ ਵੀ ਕਿਸਾਨਾਂ ਦੀ ਹਮਾਇਤ ਕਰਨ ਵਾਸਤੇ ਤੁਸੀਂ ਪਹੁੰਚੇ, ਭਾਵੇਂ ਖੁਦ ਕੋਲ ਜ਼ਮੀਨ ਨਹੀਂ ਹੈਗੀ। ਅਤੇ ਜੇ ਕੋਈ ਹੱਥ ਜੋੜ ਕੇ ਬੇਨਤੀ ਕਰਨੇ ਬਈ, ਜੇ ਕੋਈ ਹਮਾਇਤ ਵੀ ਸਾਥੀ ਕਰੇ ਤਾਂ ਉਹਦਾ ਬਹੁਤ ਬਹੁਤ ਧੰਨਵਾਦ ਹੈ। ਮੈਂ ਗਰੀਬੀ ਕਾਰਨ ਮੈਂ ਕਸ਼ਟ ਕੋਈ ਨਹੀਂ ਕੀਤੀ, ਫਿਰ ਹੋਰ ਕਲਾਕਾਰਾਂ ਨੇ ਮੇਰੇ ਗੀਤ ਗਾਏ ਨੇ ਦੁਗਾਣਿਆਂ ਦੁਗਾਣੇ, ਮੈਂ ਪਹਿਲਾਂ ਗੀਤ ਸ਼ੁਰੂ ਤੋਂ ਲਿਖਿਆ, ਮੈਂ ਰਾਈਟਰ ਵੀ ਹਾਂ, ਜਿਸ ਤਰ੍ਹਾਂ ਦਾ ਮਰਜ਼ੀ ਕੋਈ ਲਿਖਾਵੇ ਗੀਤ, ਜਿਸ ਤਰ੍ਹਾਂ ਦਾ ਮੇਰੇ ਉਹਨੇ ਸਿਰ ਦੇ ਕੇਸ ਨਹੀਂ, ਜਿਤਨੇ ਮੈਂ ਗੀਤ ਲਿਖ ਚੁੱਕਾ। ਪਹਿਲਾਂ ਮੇਰੀ ਕਸ਼ਟ ਆਈ ਮਿੰਨੀ ਸਾਗਰ ਗਾਈ, ਚੰਨਾ ਛੱਡ ਦੇ ਬਲੈਕ ਥਾਣੇ ਅੱਪੜੂ ਸ਼ਿਕਾਇਤ, ਤੈਨੂੰ ਸੱਚੋ ਸੱਚੀ ਗੱਲ ਪਹਿਲੇ ਦੱਸਣੀ ਪਊ, ਵਿੱਚ ਚੰਨਾ ਜੇਲ੍ਹ ਵਿੱਚ ਕੈਦ ਤੈਨੂੰ ਕੱਟਣੀ ਪਈ, ਜਿਹੜੇ ਪਾਕਿਸਤਾਨ ਬਲੈਕ ਕਰਦੇ ਸਨ। ਫਿਰ ਉਹ ਕਹਿੰਦਾ ਹੈ, ਬਲੇਗੀਆ ਕਹਿੰਦਾ ਹੈ, ਦਿਨ ਚੰਨ ਦੀ ਨਾ ਲੁੱਕ ਹੋਵੇ ਰਾਤ ਚਾਹੇ ਧੁੱਪ ਹੋਇਆ, ਕੱਲ੍ਹ ਅਸੀਂ ਤਿਆਰ ਜਾਣਾ, ਅੱਜ ਬੱਲੀਏ ਨਹੀਂ ਸਾਥੋਂ ਡਰਦਾ ਬਲੇਕੀਆਂ ਤੋਂ ਰੱਬ ਬੱਲੀਏ। ਇਹ ਪਹਿਲੀ ਮੇਰੀ ਕੈਸ਼ਟ ਆਈ ਮਿੰਨੀ ਸਾਗਰ ਕਲਾਕਾਰ ਨੇ ਕੀਤੀ ਸੀ, ਅਤੇ ਮੈਂ ਗਰੀਬ ਹਾਂ, ਅਤੇ ਮੈਂ ਕਈ ਕੈਸ਼ਟਾਂ ਦਾ ਰੇਟ ਚੜ੍ਹ ਗਿਆ, ਅਤੇ ਮੈਂ ਕਰਨ ਲੱਗਾ, ਅਤੇ ਕਈ ਮੈਂ ਕਲਾਕਾਰਾਂ ਨੂੰ ਦੇਖਿਆ, ਉਹਨਾਂ 2-2.5 ਏਕੜ ਜ਼ਮੀਨ ਵੇਚ ਕੇ ਕੈਸ਼ਟਾਂ ਕੀਤੀਆਂ ਤੋਂ ਨਹੀਂ ਚੱਲੀਆਂ, ਉਹ ਅੱਜ ਤਿਆਰੀ ਕਰਦੇ ਫਿਰਦੇ ਹੈ, ਅਤੇ ਬੱਚਿਆਂ ਦੀ ਵੀ ਰੋਟੀ ਨਹੀਂ ਹੈਗੀ, ਅਤੇ ਮੈਂ ਡਰਦਾ ਨਹੀਂ ਕੀਤੀ ਕੈਸ਼ਟ, ਮੈਂ ਗਰੀਬ ਸਾਂ ਅਤੇ ਨਹੀਂ ਕੀਤੀ ਗਈ, ਮੇਰੇ ਕੋਲ ਪੈਸਾ ਨਹੀਂ ਸੀ, ਅਤੇ ਉਂਝ ਮੈਂ 14-15 ਸਾਲ ਤੋਂ ਰਾਈਟਰਾਂ ਲਿਖਦਾ ਆਉਣਾ ਗੀਤ, ਹੁਣ ਤੱਕ ਵੀ ਲਿਖਦਾ ਆਉਣਾ, ਜੋ ਵੀ ਹੱਡ ਬੀਤ ਜਾਂ ਸੰਸਾਰ ਦੇ ਵਿੱਚ ਮੈਂ ਉਹ ਗੀਤ ਲਿਖਦਾ, ਕਈ ਤਰ੍ਹਾਂ ਦੇ ਹਰ ਐਟਮ ਮੇਰੇ ਕੋਲ ਗੀਤਾਂ ਦੀ ਹੈ, ਹਰ ਐਟਮ। ਅਤੇ ਹਾਂਜੀ, ਅਤੇ ਇਹ ਸੁਣਾ ਦਿਓ, ਕਿਉਂਕਿ ਨਾ ਆਪਾਂ ਨੂੰ ਦਰਸ਼ਕ ਆਪਣੇ ਨਾਲ ਜੁੜੇ ਹੋਏ ਆ, ਅਤੇ ਉਹਨਾਂ ਨੂੰ ਇਹ ਹੈ ਕਿ ਕੋਈ ਚੀਜ਼ ਸੁਣਾਈ ਜਾਵੇ, ਕਿਉਂਕਿ ਇੱਥੇ ਮਹਿਫਲ ਪਹਿਲਾਂ ਵੀ ਵੱਜੀ ਹੋਈ ਸੀ, ਸਾਰੇ ਸੱਜਣ ਬੈਠੇ ਆ, ਅਤੇ ਆਪਾਂ ਕੋਈ ਇਹੋ ਜਿਹੀ ਚੀਜ਼ ਹੋਵੇ ਜਿਹੜੀ ਦਿਲ ਨੂੰ ਟੁੰਬੇ। ਅੱਛਾ ਜੀ, ਮੈਂ ਜਦੋਂ ਦੇ ਇੱਥੇ ਆਏ, ਅਤੇ ਮੋਦੀ ਜੀ ਨੇ ਆਪਣੇ 'ਤੇ ਜੋ ਬੰਬ ਗੋਲਾ ਸੁੱਟਿਆ ਹੈ, ਉਸ ਦੀ ਕਾਰਨ ਆਏ ਤਾਂ ਸੇਵਾ 'ਤੇ ਹੈ, ਪਰ ਇੱਥੇ ਕਿਸੇ ਨੂੰ ਸੁਣਾ ਬੈਠੇ ਤਾਂ ਉਹਨਾਂ ਕਹਿ ਬਾਈ ਤੇਰੇ 'ਚ ਕਲਾ ਕਿੰਨੀ, ਤੂੰ ਆਪਣੇ ਸਾਥੀ ਕੋਈ ਹੈ ਨੇ, ਮੈਂ ਹੈਗੇ ਨੇ ਉਹਨਾਂ ਨੂੰ ਤੂੰ ਬੁਲਾ, ਮੈਂ ਇਹਨਾਂ ਨੂੰ ਬੁਲਾ ਲਿਆ, ਅਤੇ ਸਾਡਾ ਸੇਵਾ ਅਸੀਂ ਕਰਦੇ ਫਿਰਨੇ, ਜਿਹੜਾ ਵੀਰ ਭਰਾ ਕਹਿੰਦਾ ਸਾਨੂੰ ਕਲਾ ਸੁਣਾਓ, ਅਤੇ ਅਸੀਂ ਸੁਣਾਈ ਜਾ ਰਹੇ ਹਾਂ, ਅਤੇ ਮੈਂ ਹੁਣ ਤੁਹਾਡੇ ਸਾਹਮਣੇ ਪੇਸ਼ ਕਰਨਾ, ਮੈਂ ਛੇਤੀ ਲਿਖਿਆ ਗੀਤ, ਅੱਜ 5-7 ਦਿਨ ਹੋ ਗਏ ਨੇ, ਬਈ ਜਦੋਂ ਮੈਂ ਸਾਥੀਆਂ ਵੱਲ ਦੇਖਦਾ ਨਾ, ਭੈਣ ਭਰਾ ਯਾਨੀ ਬਾਹਰੋਂ ਵੀ ਅਤੇ ਇੰਡੀਏ ਵਿੱਚੋਂ ਵੀ ਸਾਰੇ ਅਸੀਂ ਮਿਲ ਗਏ, ਅਤੇ ਜਿੱਦਾਂ ਨਾ ਕਈ ਕੋਈ ਤਾਂ ਮੰਨਦੇ ਆ ਨਾ ਸ਼੍ਰੀ ਰਾਮ ਚੰਦਰ ਨੂੰ, ਕੋਈ ਕਹਿੰਦੇ ਹਨੂੰਮਾਨ ਨੂੰ, ਕੋਈ ਕਹਿੰਦੇ ਬਿਆਸ ਵਾਲੇ, ਕੋਈ ਕਹਿੰਦੇ ਸੱਚੇ ਸੌਦੇ, ਕੋਈ ਕੁਛ ਵੀ ਕਹਿੰਦੇ ਹੈ, ਸਾਰੇ ਗੁਰੂਆਂ ਨੂੰ ਧਰਮਾਂ ਨੂੰ ਮੰਨਦੇ। ਹੁਣ ਮੈਂ ਸੋਚਿਆ ਵੀ ਅਸੀਂ ਸਾਰੇ ਇੱਕੋ ਹੀ ਹੋ ਗਏ, ਜਿੰਨੇ ਭਰਾ ਇੱਥੇ ਆਏ ਨਾ ਬਾਰਡਰ 'ਤੇ, ਸੰਘੂ ਬਾਰਡਰ 'ਤੇ, ਵੀ ਇੱਕੋ ਕੁਛ ਹੀ ਲੱਗਣੇ, ਵੀ ਇਹ ਕੋਈ ਪਤਾ ਨਹੀਂ ਵੀ ਇੱਕੇ ਗੁਰੂ ਦੀ ਚੇਲੇ ਹੈ। ਅਤੇ ਮੈਂ ਉਸ ਦੀ ਕਾਰਨ ਵੀ ਅੱਲਾ ਮਨ ਅਤੇ ਫਕਰ ਮਨ ਅਤੇ ਮਨ ਕਿਤਾਬਾਂ 4, ਵੀ ਅੱਲਾ ਅਤੇ
गुरुआं दे रब दे नां च कोई फर्क नहीं ते मैं अपनी कलम दा गीत लिखिया तैयार करदा बात है। बहुत खूबसूरत है। जिदा इत बहुत सारे लोग बैठे हुए हैं ट्रालिया के, मैं हूँ वेख्या पानी वड़िया होया तो भी चौं दियाँ छत्तां है, ठंड भी बहुत ज़्यादा है, रोज़ दियाँ दो लाशा भी जांदियां ने, पर फिर भी लोग डटे हुए है वेख के। हूँ पाचा है वह कहते जिंद चली जाए तो जाए तो साडा सिख ही सिदक ना जाए, असी एक तो गोली झल लवेंगे बेशक भावें मोदी के चमचे खड़े हो, जे असी इस साड़ी खेती दे खातर असी शहीद हो जाइए तो साढ़े ना चमकणगे भी ओ फलाने आदमी शहीद होए ने, ते जे ऐसे वैसे बीमार शमार हो तो घरे मौत हो जाए तो वो सेवें तो कोई बत्ती भी नहीं बालदा, तो साढ़े तो फिर भी जिन्ने वीर भरा जिमीदार किसान शहीद हो रहे ने साडे वालों उन्हें सदा ही सलामा। रसाले निकल रहे अखबार जो निकल रहे हैं एक कल दे इतिहास दे विच दस्तावेज बनने आ जिहड़ियां वीडियोज बन रही ने यह तुहाडा नाम लिखा जा रहा है इतिहास दे विच देखा जाना है, लोगों ने वेखना है, आने वाले बच्चों नूं दिखाया करांगे कि असीं कितें दिल्ली दी हक ते इस तरह भी इतिहास लिख के। हाँ जी, तो मैं हुण शब्द पेश करन लग्गिया ओ शहीदा दा जिहड़े श्री गुरु गोबिंद सिंह दे लड़के छोटे साहिबजादे। हाँ जी, बाली मैं लम्मी गल नहीं तोड़दा। हाँ, जदों सूबा सरहंद पकड़ के लै जांदा है डंगू पकड़ाउंदा है ते दादी समेत तिन्नां नूं ठंडे बुरज च बिठा देंदे ने, इक रात बिठाउंदे ते सवेरे उहनां तों ईन मनाउंदे ने साहिबजादियां तों, ते मां तां दादी जी ठंडे बुरज च बैठी है तो वह ईन नहीं मनते। सूबा सरहंद खिड़की खोल के खड़ा भी मैं थोड़ा जा ऐ नमस्कार च करना तो मैं कहांगा भी इन्हें नमस्कार की तो उन्हें पहला पैर पाए बिच दी ताती दे, ते उन्हें नाले सूबे के उपर थुकया दोवां साहिबजादियां उन्हूं हरखे च आ के वह कहिंदा इन्हां सरहंद शहर की कंध च नीयां च चुनिया जाए। लै जदों नीयां च चुनी चुनू चुनने शुरू करते ने तो सूबा सरहंद जलादा नूं किस तरह ਕਹਿੰਦਾ ਹੈ ਜੀ। ਹਾਂਜੀ
सरहंद शहर दी धरती ते असी जगां च लादा नापी सरहंद शहर दी धरती ते असी जगां च लादा नापी ओ भी कोल सिखड़ गया आन के सूबा सी जो पापी पर हुक्म चलावे तो बच्चियां नू वैसे जगह खड़वायो एक नंबर दियां पक्कियां इट्टां तेज मसाला लायो मेरी अपनी कलम दे लिखे ओई अन्नी सुन के वो तो जलाद ने शुरुआत सी कीती ਕੋਈ ਇੰਨੀ ਸੁਣਦਿਆਂ ਜਦੋਂ ਜਲਾਦ ਨੇ ਸ਼ੁਰੂ ਵਾਸੀ ਕੀਤੀ ਤੂੰ ਬੱਚਿਆਂ ਨੇ ਆਪਸ ਦੇ ਵਿੱਚ ਇੱਕੋ ਧਾਰ ਲਈ ਨੀਤੀ ਉਹ ਨਿੱਕਾ ਵੱਡੇ ਵੀਰ ਵੀਰ ਨੂੰ ਵਾਰ ਵਾਰ ਸਮਝਾਵੇ ਬੜੇ ਵੱਡੇ ਦੇਵੇ ਹੌਸਲੇ ਮਾਤੂ ਡੋਲ ਨਾ ਜਾਵੇ ਦਾਦੀ ਜੇ ਨੀ ਸੀ ਸਮਝਾਇਆ ਠੰਡੇ ਬੁਰਜ ਵਿੱਚ ਰਾਤੀ ਜ਼ੁਲਮ ਨਾਲ ਜੰਗ ਜੋਰ ਦਾ ਲੜਨਾ ਕੋਈ ਨਾ ਰਹਿ ਜਾਏ ਆਕੀ ਇਹ ਗਊਆਂ ਦਾ ਇਹ ਮੀਟ ਤੜਕਦੇ ਖੁੱਲੇ ਰੱਖਣ ਬੂਵੇ ਗਊਆਂ ਦਾ ਇਹ ਮੀਟ ਨਖਾਂਦੇ ਖੁੱਲੇ ਰੱਖਣ ਬੂਵੇ ਗਿਰ ਪਰ ਘਰ ਨਾ ਦੇ ਦੇ ਮੁਸ਼ਕ ਮਾਰਦਾ ਕੁੱਤੇ ਚੱਟਣ ਚੁੱਲੇ ਇਹ ਇੰਨੀ ਸੁਣਦਾ ਉਦੋਂ ਸੂਬੇ ਜਲਾਦ ਨੂੰ ਧਮਕੀ ਮਾਰੀ ਛੇਤੀ ਛੇਤੀ ਕਰਦ ਜਲਾਦੋ ਇਹਨਾਂ ਨੂੰ ਕਹਿੰਦੇ ਸਾਰੀ ਉਦੋਂ ਬਣਦੀ ਬਣਦੀ ਕੰਧ ਸੀ ਉਦੋਂ ਬਣਦੀ ਬਣਦੀ ਕੰਧ ਸੀ ਉਹ ਜਦ ਗੋਡੇ ਬਰਾਬਰ ਆਈ ਉਦੋਂ ਬਣਦੀ ਬਣਦੀ ਕੰਧ ਸੀ ਜਦੋਂ ਗੋਡੇ ਬਰਾਬਰ ਆਈ ਇੱਟ ਤੋੜ ਕੇ ਜਦੋਂ ਜਲਾਦਾਂ ਨੀਂਦੇ ਵਿੱਚ ਲਗਾਈ ਪਰ ਛਟਪਟ ਸਾਹਿਬਜ਼ਾਦੇ ਬੋਲੇ ਕਹਿਣ ਜਲਾਦਾਂ ਤਾਈ ਗੋਡੇ ਛਿਲਦੇ ਬਿਸ਼ੱਕ ਜਲਾਦਾਂ ਇੱਟਣਾ ਤੋੜ ਕੇ ਲਾਈ ਇੰਨੀ ਸੁਣਦਿਆਂ ਉਦੋਂ ਜਲਾਦਾਂ ਖਿੱਚ ਕਿਤੇ ਸੀ ਮਾਰੀ ਅੰਬਰ ਛਮ ਛਮ ਰੋਇਆ ਧਰਤੀ ਧੜਕਣ ਲੱਗ ਗਈ ਸਾਰੀ ਉਹ ਕਦੇ ਨਾ ਮੋੜਿਆ ਮੁੜਦੀ ਜਿਹੜੀ ਤੂੰ ਦਰੂ ਤੂੰ ਲਿਖੀ ਉਹ ਕਦੇ ਨਾ ਮੋੜਿਆ ਮੁੜਦੀ ਬੇਲੀ ਉਹ ਜੋ ਅਥਰੂ ਤੂੰ ਲਿਖੀ ਤੈਨੂੰ ਵੀ ਜਰਨੈਲ ਜੈਲਿਆ ਬੜੀ ਪਿਆਰੀ ਸਿੱਖੀ ਤੈਨੂੰ ਵੀ ਜਰਨੈਲ ਜੈਲਿਆ ਬਹੁਤ ਪਿਆਰੀ ਸਿੱਖੀ ਬੋਲੇ ਕਿਆ ਬਾਤ ਆ ਕਿਆ ਬਾਤ ਆ ਕਿਆ ਇਹ ਜਿਹੜੀਆਂ ਲਿਖਤਾਂ ਲਿਖਦੇ ਹੋ ਇੰਸਪੀਰੇਸ਼ਨ ਮੈਂ ਸੌਖੇ ਸ਼ਬਦਾਂ 'ਚ ਕਹਿੰਦਾ ਕਿ ਹੌਸਲਾ ਕਿੱਥੋਂ ਮਿਲਦਾ ਹੈ ਤੁਹਾਨੂੰ ਇਹ ਜੀ ਹੌਸਲਾ ਮੈਂ ਕੁਛ ਨਹੀਂ ਹਾਂ ਜੇ ਮੇਰੇ ਅੰਦਰ ਕੋਈ ਬੇਈਮਾਨੀ ਹੋਵੇਗੀ ਇਹ ਅੰਦਰ ਸਮੁੰਦਰ ਸੁੱਚਾ ਹੈ ਕੋਈ ਵੀ ਦੇਖ ਲਵੇ ਆਪਾਂ ਦੇਖ ਲਓ ਜਿਹੜੇ ਆਪਾਂ ਲੜਕੇ ਪੜ੍ਹਨ ਵਾਸਤੇ ਭੇਜਦੇ ਹਾਂ ਜੇ ਜਵਾਨ ਹੋਏ ਜਦੋਂ ਇਹ ਰਸਤੇ 'ਚ ਛੇੜਖਾਨੀਆਂ ਕਰਦੇ ਨੇ ਨਾ ਇਹ ਨਾ ਕਰਨ ਅਤੇ ਜੇ ਕਰਨੀਆਂ ਨੇ ਤਾਂ ਆਪਣੇ ਮਾਂ ਪਿਓ ਤੂੰ ਕਹਿਣ ਵੀ ਉਹਨਾਂ ਨੂੰ ਉਹਨਾਂ ਦਾ ਖਰਚਾ ਨਾ ਕਰਾਉਣਾ ਇਹਨਾਂ ਨੂੰ ਪਰਥੀ ਕਦੇ ਨਾ ਮਿਲੇਗੀ ਭਾਵੇਂ ਤਰਲੇ ਵੀ ਲਾ ਲੈਣ ਇਹ ਮੇਰੇ ਜੇ ਅੰਦਰ ਸੱਚਾਈ ਸਮੁੰਦਰ ਹੈ ਜੇ ਥੋੜ੍ਹੀ ਜਿਹੀ ਮੈਂ ਅੰਦਰ ਜ਼ਹਿਰ ਦੀ ਤੁਬਕਾ ਡੇਗ ਤਾਂ ਸਮੁੰਦਰ ਮੇਰਾ ਖਤਮ ਹੋਏ ਜਿਵੇਂ ਪ੍ਰਸ਼ਾਦ ਕੜਾਇਆ ਉਹਦੇ ਵਿੱਚ ਆਪਾਂ ਥੋੜ੍ਹਾ ਜਿਹਾ ਸਪਰੇਅ ਦਾ ਤੁਬਕਾ ਡੇਗ ਉਹ ਖਤਮ ਹੋ ਜਾਂਦਾ ਉਹਨੂੰ ਫਿਰ ਆਪਾਂ ਭੋਏ ਦੇ ਵਿੱਚ ਟੋਇਆ ਖੜ ਅਤੇ ਨੱਪਾਂਗੇ ਮਾਤੂ ਕਿਰੇ ਕੀੜੀਆਂ ਜਾ ਕਿਰੇ ਕਾਂ ਨਾ ਮਰ ਜਾਣ ਇਹ ਸਮੁੰਦਰ ਜੀ ਦਾ ਸੁੱਚਾ ਹੈ ਅਤੇ ਮੈਨੂੰ ਮੇਰਾ ਨਿੱਕਿਆ ਹੁੰਦਿਆਂ ਤੂੰ ਪਰਮਾਤਮਾ ਨੇ ਮੈਨੂੰ ਇਹ ਸ਼ੌਂਕ ਬਖਸ਼ਿਆ ਹੈ ਨਿੱਕਿਆ ਹੁੰਦਿਆਂ ਤੂੰ ਮੈਂ ਸਾਰੀ ਸਾਰੀ ਰਾਤ ਸਪੀਕਰ 'ਤੇ ਬੈਠਣਾ ਗੀਤ ਸੁਣਨੇ ਪੁਰਾਣੇ
उस्तादा दे ते जदों स्पीकर वाले उठना तो मैं घरे सौना तो मैं वो तो गीतों लिखण नू लग गया तो नाले मैं पुराने गीत गाउण जदों मैं निक थोड़ा जिहा होया ना 12-13 साल का तो मैं छोटे छोटे मुंडियां नू कुड़ियां बना के स्टेज लाण लग गया तो मेरा डैडी मैनू बहुत झगड़दा सी कहिंदा इह कंजर खाना है। एक दिन मैं चोरी जा के गाया मैनू कहिंदा कहिंदे ने मेरे डैडी नू भी तेरा मुंडा कलाकार बड़ा तगड़ा बन गया है दुनिया मन गई। उस टाइम साडा जिथे साडा अज 90 रुपया किराया लगता है उस टाइम 3 रुपये लगता सी जलालाबाद तो फिरोजपुर तो 3 रुपये लगता सी उस टाइम की गल है। तो जदों मैं पहले दिन खाड़ा किया दो मुंडियां नू कुड़ियां बना के ना तो मैं खेती दे ते इदां दे गीत लिख के गाए तो मैनू 850 रुपया हो गया तो अज दे समझ लै 2 लाख दे बराबर है 850 रुपया उस समय का। तो मेरे भरावां ने बहुत मैनू जो उत्थे कोई कलाकार भी आ जाता ना जो 1-1.5 लाख लैंदा है तो मैनू किरे स्टेज ते खड़वा देंदे सी तो चुप कर जांदा सी भाई इन्नी कला छेती किते अवल तो जिहनू पता वह मैनू टाइम ही नहीं देंदा सी। ते हुण तां बई गाई जांदे ने तो उहनां दा मां प्यो भी तारीफ करी जांदा साडा बहुत बेटा है जे मेरा डैडी इन्नी तारीफ करदा। अपना कोई पुराना सभ्याचारक जिवें भगत पूरन दा किस्सा हो गया है हाँ कुछ भी सुच्चा सूरमा हो गया कोई जोशीली वार होवे क्योंकि इत्थे जिहड़े लोग आ उहनां नूं ना जोशीली चीज़ सुनाई जावे क्योंकि ठंड बहुत है थोड़ा जिहा गर्म करिए माहौल आपां। नहीं जी मैं सुनाना पूरन भगत सुनाना जी ये उस वक्त की गल है जी। हाँ जी कुलदीप मानक कुलदीप मानक का गीत है भी जेडे जिदा मैं अगे गल सुनाई है भी साडा उस्ताद है भी जिवें लड़के पढ़ने वास्ते भेजते जो सही पढ़ने तो उन्होंने भर्ती मिल जाएगी जे गलती पढ़ने ना तो माँ प्यो नूं ना दसन तो उत्थे रस्ते च छेड़खानियां करनगे जिन्ना मर्जी पढ़ी जाने भर्ती ना कदे मिलेगी उपर वाला नहीं मिल देता न सुनो साडे उस्ताद मानक का गीत गाया 4 यार आशकी ਉਹ 4 ਯਾਰਾਂ ਆਸ਼ਕ ਕਹਿੰਦੇ ਕਸਮਾਂ ਨਾਲ ਵਿਹਾਰ ਉਹ ਸੌਣ ਨੀਂਦ ਆਰਾਮ ਦੀ ਉਹ ਸੌਣ ਨੀਂਦ ਆਰਾਮ ਦੀ ਜਿਹੜੇ ਹੁਣ ਰੰਨਾਂ ਦੇ ਯਾਰ ਖੋਦਾ ਗੰਜਾ ਬਿੱਲਾ ਆਦਮੀ ਖੋਦਾ ਗੰਜਾ ਬਿੱਲਾ ਆਦਮੀ ਚੌਥੀ ਮੁੱਛਾਂ ਵਾਲੀ ਨਾਰ ਖੋਦਾ ਗੰਜਾ ਬਿੱਲਾ ਆਦਮੀ ਚੌਥੀ ਮੁੱਛਾਂ ਵਾਲੀ ਨਾਰ ਧੋਖੇ ਨਾਲ ਮਰਦ ਨੂੰ ਮਾਰ ਦੇ ਧੋਖੇ ਨਾਲ ਮਰਦ ਨੂੰ ਮਾਰਦੇ ਨਹੀਂ ਉਹ ਦੋਵਾਂ ਦਾ ਇਤਬਾਰ ਦਰ ਦਰ ਪਾਣੀ ਤਾਰੂ ਜਾਣ ਦੇ ਦਰ ਦਰ ਪਾਣੀ ਤਾਰੂ ਜਾਣ ਦੇ ਮੰਗਤਾ ਬੁੱਚੜ ਕੁੱਤਾ ਨਾਰ ਬੁੱਢੇ ਹੋਵੇ ਨੂੰ ਘੂਰਦੇ ਬੁੱਢੇ ਹੋ ਵੇਲੇ ਨੂੰ ਘੂਰਦੇ ਜਦੋਂ ਹਿੰਮਤ ਜਾਂਦੇ ਹਾਰ ਜੂਆ ਨਸ਼ਾ ਤੇ ਛਾਂ ਕਬੂਤਰਾਂ ਜੂਆ ਨਸ਼ਾ ਤੇ ਛਾਂ ਕਬੂਤਰਾਂ ਤਿੰਨੇ ਘਰ ਨੂੰ ਕਰਨ ਖਵਾਰ ਜੂਆ ਨਸ਼ਾ ਤੇ ਛਾਂ ਕਬੂਤਰਾਂ ਤਿੰਨੇ ਘਰ ਨੂੰ ਕਰਨ ਖਵਾਰ ਟੀਵੀ ਖਾਲ ਬੱਤੀਆਂ ਗਿੱਜ ਗਏ ਟੀਵੀ ਖਾਂ ਬਰਫੀਆਂ ਗਿੱਜ ਕੇ ਜਿੰਨੇ ਕਰ ਦਿੱਤਾ ਬਰਬਾਦ ਤਿੰਨੇ ਚੀਜ਼ਾਂ ਮੁੱਢ ਕਲੇਸ਼ ਦੇ ਤਿੰਨੇ ਚੀਜ਼ਾਂ ਮੁੱਢ ਕਲੇਸ਼ ਦੇ ਭੂਏ ਔਰਤ ਪੈਸਾ ਨਾਰ ਗੱਲਾਂ 16 ਨੇ ਸੱਚੀਆਂ ਗੱਲਾਂ 16 ਨੇ ਸੱਚੀਆਂ ਲੋਕੋ ਰਿਹਾ ਦੇਵ ਵਿਚਾਰ ਉਹਦਾ ਪਿੰਡ ਥਰੀਕੇ ਸੁਣੀਦਾ
ਜਿੰਦਾ ਪਿੰਡ ਸਰੀਕੇ ਸੁਣੀ ਦਾ ਜਿੱਥੇ ਵਸਦਾ ਮਾਨਕ ਯਾਰ ਬੇਲੀਓ ਵਸਦਾ ਮਾਨਕ ਯਾਰ ਸੋਹਣਿਓ ਵਸਦਾ ਮਾਨਕ ਯਾਰ। ਬਹੁਤ ਖੂਬਸੂਰਤ ਜੀ। ਅਤੇ ਮੈਂ ਨਾਲ ਆਪਣੇ ਜਿਹੜੇ ਤੁਹਾਡੇ ਸਾਜੀ ਸਾਥੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨੀ ਚਾਹੂੰਗਾ। ਬਹੁਤ ਔਖੀ ਹੈ ਇਹ ਚੀਜ਼, ਬਹੁਤ ਸਾਹ ਖਿੱਚਣਾ ਪੈਂਦਾ ਜੀ, ਅਤੇ ਕਿੰਨੀ ਕੁ ਮਿਹਨਤ ਲੱਗਦੀ? ਇਹਦੀ ਕੋਈ ਮਿਹਨਤ ਨਹੀਂ ਮੇਰੇ ਵਾਸਤੇ, ਤਾਂ ਮੇਰਾ ਪ੍ਰੈਕਟੀਕਲ ਹੋਇਆ ਗਿਆ 30 ਸਾਲ ਦਾ, ਇਹ ਮੇਰੇ ਵਾਸਤੇ ਤਾਂ ਬਹੁਤ ਸੌਖੀ ਹੈ। ਠੀਕ ਹੈ, ਤੁਹਾਨੂੰ ਔਖੀ ਲੱਗਦੀ ਹੈ? ਵੈਸੇ ਜ਼ੋਰ ਤਾਂ ਲੱਗਦਾ ਹੋਊਗਾ ਨਾ ਜ਼ੋਰ, ਕਿਉਂਕਿ ਸਾਹ ਖਿੱਚਣਾ ਬਹੁਤ। ਹਾਂ, ਸਾਹ ਤਾਂ ਛਿੱਕਣਾ। ਹਾਂ, ਇੱਕੋ ਸਾਹ 'ਚ। ਬੜਬੁੜੀਆਂ ਟੱਪਣ ਲੱਗ ਜਾਂਦੀਆਂ, ਬਹੁਤ ਜ਼ੋਰ ਲੱਗਦਾ, ਕਿਉਂ ਥੱਲੂ ਹਵਾ ਭਰਨੀ ਗੁਰਦੇ 'ਚ ਆਉਣੇ ਹੋਏ। ਅਸੀਂ ਪਹਿਲਾਂ ਤਾਂ ਇਹ ਮਾਨੇ ਵਿਹਾਉਣ ਤਾਂ ਅਸੀਂ 2-4 ਘੰਟੇ ਹੀ ਚਲਾਵੀਦਾ, 8-8 ਘੰਟੇ ਅਸੀਂ ਲਗਾਤਾਰ ਲਗੋਜਾ ਵਜਾਉਂਦੇ ਰਹੇ ਜੀ, 8-8 ਘੰਟੇ। ਉਸਤਾਦ ਕਿਹਨਾਂ ਨੂੰ ਧਾਰਿਆ ਸੀ? ਉਸਤਾਦ ਮੇਰਾ ਹੈਗਾ ਜੀ ਮਿਲਖ ਰਾਜ, ਪਿੰਡ ਗਾਮੂਕਿਆਂ ਦਾ। ਹਾਂ, ਉਹਨੂੰ ਮੈਂ ਧਾਰਿਆ, ਚੌਧਰੀ ਸਾਹਿਬ। ਹਾਂ, ਕਿੱਦਾਂ ਫਿਰ ਉਹਨਾਂ ਨੇ ਕਿਵੇਂ ਸਿਖਾਏ? ਕਹਿੰਦੇ ਪਹਿਲਾਂ ਉਸਤਾਦ ਬਹੁਤ ਔਖਾ ਸਿਖਾਉਂਦੇ ਹੁੰਦੇ ਇਹ ਚੀਜ਼ ਨੂੰ, ਛੇਤੀ ਕਿਤੇ ਐਵੇਂ ਨਹੀਂ ਸਿੱਖੀ ਜਾਂਦੀ। 6 ਮਹੀਨੇ ਉਹਦੇ ਕੋਲ ਰਿਹਾ ਮੈਂ। ਮੇਰਾ ਦੱਸੀ ਵੇ ਪੁੱਤਰਾ, ਮੈਂ ਪੂਰਨ ਕਿਹਨੂੰ ਆਖ ਬੁਲਾਵਾਂਗੀ? ਇਹਨੇ ਮੈਨੂੰ ਆਣ ਕੇ ਦੱਸਿਆ, ਮੈਂ ਕਿ ਇੱਕ ਹੀ ਤਰਜ ਬੜੀ ਇਹ ਸਿੱਖ ਲੈ, ਇੱਕੜੀ ਸਿੱਖ ਲੈ ਤੇ ਫਿਰ ਮੈਂ ਤੈਨੂੰ ਗਾ ਗਾ ਕੇ ਸਿਖਾ ਲਿਆ। ਫਿਰ ਮੈਂ ਇਹਨੂੰ ਸਿਖਾਇਆ, ਮੈਂ ਗਾਉਣਾ, ਇਹਨੇ ਜਦੋਂ ਪੋਟੇ ਚੱਕੀਆਂ, ਜਿਲ੍ਹੇ ਚੱਕੀਆਂ, ਜਿਲ੍ਹੇ ਰਲ ਜਾਣੀ, ਮੈਂ ਇੱਥੇ ਚੁੱਕ ਪੋਟੇ, ਅਤੇ ਦੂਸਰਾ ਸਾਰਾ ਮੈਂ ਸਿਖਾਇਆ ਗਾ ਗਾ ਕੇ। ਅਤੇ ਤੁਸੀਂ ਕਿਹੜੀ ਜਗ੍ਹਾ ਗੱਲ ਕਰ ਲਓ? ਹਾਂਜੀ, ਦੱਸੋ ਜੀ, ਤੁਸੀਂ ਕਿਹੜੀ ਜਗ੍ਹਾ ਤੋਂ ਜੀ? ਇਕੱਠੇ ਪਿੰਡ ਦੇ ਹਾਂ, ਰਿਸ਼ਤੇਦਾਰ ਹੈ ਜੀ। ਹਾਂ, ਇਕੱਠੇ ਹੀ ਸਿੱਖੇ ਹੋ ਫਿਰ? ਇਕੱਠੇ ਸ਼ੁਰੂ ਤੋਂ ਹੀ ਇਕੱਠੇ? ਹਾਂ, ਇਕੱਠੇ ਇਕੱਠੇ ਜੀ। ਹਾਂ, ਅਜੇ ਤਾਂ ਸਾਡੇ ਨਾਲ ਤਬਲਾ, ਢੋਲ, ਕਜ਼ਾਲਾ ਸਾਰਾ ਮੰਨ ਲੈ ਰਹੇ ਸੌ ਜਾ। ਹਾਂ, ਮੈਕ ਨਾਲ ਹੋਵੇ ਤਾਂ ਹੋਰ ਬੜੀ ਵਧੀਆ ਗੱਲ ਬਣੇ। ਤੁਸੀਂ ਇੱਥੇ ਵੀ ਨਜ਼ਾਰਾ ਬੰਨਿਆ ਹੋਇਆ, ਇੱਥੇ ਸਾਰੇ ਲੋਕ ਸਾਹਮਣੇ ਟਰਾਲੀ ਦੇ ਵਿੱਚ। ਹਾਂ, ਕੀ ਜੀ, ਜੋ ਕਮਿਆਰੀ ਹੁੰਦੀ, ਕਹਿੰਦੇ ਪੁਰਾਣੀਆਂ ਗੱਲਾਂ ਨੇ, ਬਜ਼ਾਰਤਾਂ ਨੇ, ਵੀ ਜਿਹੜਾ ਆਪਣੇ ਆਪ ਨੂੰ ਸਲਾਵੇ ਨਾ ਉਹ ਗਿਰ ਜਾਂਦਾ ਛੇਤੀ। ਲੋਕ ਸਲਾਵੇ ਵੀ ਬਾਈ ਦੇ ਕੋਲ ਕਲਾ ਹੈਗੀ ਹੈ, ਕਮਿਆਰੀ ਜਿਵੇਂ ਆਪਣੇ ਭਾਂਡੇ ਨੂੰ ਸਲਾਹ ਦੀ, ਭਾਵੇਂ ਆਪਦਾ ਪਿੱਲਾ ਹੀ ਆਪਣਾ ਹੋਵੇ ਤਾਂ ਉਹਦਾ ਪੱਕਾ ਹੋਵੇ ਤਾਂ ਨਹੀਂ ਫੈੜੀ ਹੈ, ਕਿੱਥੋਂ ਲੈ ਕੇ ਆਈ? ਅਤੇ ਆਪਣੇ ਭਾਵੇਂ ਭਾਂਡੇ ਪਿੱਲੇ ਹੋਵਣ, ਉਸ ਤਰ੍ਹਾਂ ਅਸੀਂ ਆਪ ਨੂੰ ਆਪ ਨਹੀਂ ਸਲਾਉਂਦੇ, ਸਾਨੂੰ ਲੋਕ ਸਲਾਵੇ, ਅਸੀਂ ਤਾਂ ਖੁਸ਼ ਹੈ। ਆਪਣੇ ਆਪ ਤਾਂ ਬਹੁਤ ਕਮਿਆਰ ਨੈਬ ਕੋਟੀ ਆਉਂਦਾ ਜੀ, ਉਸ ਵੇਲੇ ਦੀ ਗੱਲ ਏ, ਜਦੋਂ ਮਾਤਾ ਇਸ਼ਰਾਂ ਨੂੰ ਲੱਗਿਆ ਪਤਾ ਪੂਰਨ ਜਤੀ ਦੇ ਬਾਜ ਕੋਈ ਸਾਧੂ ਆਇਆ ਹੈ, ਉਹਦੀ ਦੁਆ ਬਾਦਮਨ ਮਨਜ਼ੂਰ ਏ। ਹਲਾ ਮਾਤਾ ਇਸ਼ਰਾਂ ਕਿਹੜੀ ਵਜ੍ਹਾ ਨਾਲ ਜਾਂਦੀ ਪੁੱਤਰ ਦੇ ਬਾਗ ਵਿੱਚ? ਹਲਾ ਮੀਆਂ ਫਜ਼ਲ ਕਰਮ ਕਿਰਾਏ ਆਲਮ ਧੀ ਵਾਲਿਆ, ਕੀ ਆਉਂਦੀ ਤੇਰੀ ਲੱਕੜੀ? ਅਤੇ ਹੈਗਾ ਉਹਦਾ ਪੁੱਤ ਪੂਰਨ ਸੀ, ਅਤੇ ਮਾਤਾ ਇਸ਼ਰਾਂ ਅੱਖਾਂ ਤੋਂ ਅੰਨੀ ਸੀ, ਅਤੇ ਇਹ ਨਹੀਂ ਪਤਾ ਮੈਂ ਵੀ ਸਾਧੂ ਨੂੰ ਮਿਲਣ ਚੱਲੀ ਹਾਂ ਕਿ ਮੈਂ ਆਪਣੇ ਪੁੱਤਰ ਨੂੰ ਮਿਲਣ ਪਏ ਨੇ, ਅਤੇ ਬਾਅਦ 'ਚ ਪਤਾ ਲੱਗਦਾ ਹੈ ਵੀ ਇਹ ਮਾਂ ਪੁੱਤਰ ਨੇ, ਅਤੇ ਫਿਰ ਉਹਨੂੰ ਨਜ਼ਰ ਵੀ ਮਿਲ ਜਾਂਦੀ। ਪਰ ਵੈਸੇ 12 ਸਾਲ ਰੋ ਰੋ ਕੇ ਬਹੁਤ ਔਖੀ ਹੁੰਦੀ ਨੇ। ਸੁਣੋ ਸਾਡੇ ਉਸਤਾਦ ਨੈਬ ਕੋਠੀਏ ਦਾ ਪੁਰਾਣਾ ਗੀਤ। ਹੋ ਯਸ਼ਰਾਂ ਮਾਰੀਆਂ ਉਹ ਵਿੱਚ ਬਰੂਹਾਂ ਆ, ਕਿਹੜੀਆਂ ਗੱਲਾਂ ਕਰਦੇ ਹੋ ਮੈਨੂੰ ਦਿਓ ਸੁਣਾਵੇ, ਮੈਂ ਰੋ ਰੋ ਅੰਨੀ ਹੋ ਗਈ। ਮੈਂ ਰੋ ਰੋ ਅੰਨੀ ਹੋ ਗਈ ਜੋ ਬਣੀਆਂ ਮੇਰੇ ਪਾ, ਮੈਂ ਰੋ ਰੋ ਅੰਨੀ ਹੋ ਗਈ ਜੋ ਬਣੀਆਂ ਮੇਰੇ ਪਾ। ਅੱਗੋਂ ਹੀ ਅੜੀਆ ਬੋਲਦਾ ਮਾਂ ਚੇਤਾ ਦਿਆਂ ਕਰਾ ਨੀ ਮਾਤਾ ਬਾਗਰਾਜ ਸਲਵਾਨ ਦੇ, ਹੋ ਬਾਗਰਾਜ ਸਲਵਾਨ ਦੇ ਕੋਈ ਸਾਧੂ ਬੈਠਾ ਆ, ਜਿਹੜੀਆਂ ਮਾਵਾਂ ਦੇ ਪੁੱਤਰ ਵਿਛੜ ਗਏ ਉਹਨੇ ਦਿੱਤੇ ਪੁੱਤਰ ਮਿਲਾ, ਉਹ ਜਿਹੜੀਆਂ ਭੈਣਾਂ ਦੇ ਵੀਰ ਵਿਛੜ ਗਏ ਭੈਣਾਂ ਦੇ ਵੀਰ ਵਿਛੜ ਕੇ ਸਾਧੂ ਦਿੱਤੇ ਵੀਰ ਮਿਲਾ, ਜਿਹੜੀਆਂ ਮੱਝੇ ਕੱਟੇ ਨੀ ਚੱਲਦੀਆਂ ਉਹਨੇ ਦਿੱਤਾ ਦੁੱਧ ਵਗਾ ਨੀ ਤੈਨੂੰ ਬੰਦਗੀ ਚੜੀ ਫਕੀਰ ਦੀ, ਤੇ
तैनू बंदगी चढ़ी फकीर दीदी जा छेती गल सुना जड़िया तेरिया ने सोचा गोरख जावे बूटा ला राणी शहरों निकल पई ओ लै गोली नू नाल आप शेर ते चुक लिया सी खाने वाला थाल पूरन डिठी दूरों वाम दी के माता मंदे आल डिगदी आउंदी है पर वाकब नहीं सी भेदा वो दिल विच करे विचार आखिर नाल दिया नू पुछदा ए मिलाने वाला कौन पूरन ने आख्या की ए दुख तैनू तू नाल जबान दे बोल माई वणज रब नू वंडदिया दर्द सब दा कोई अपनी वारदात तां खोल माई पुत्र तेरा पुत्र तेरा मियां आलम बारां वरे रियाई तेरे कोल माई कालीदासां दा नाल नजर दे डोल माई राणी हाई मार दी ओ राणी हाई मार दी ओ राणी हाई मार दी ओ लम्मे कर दी वैन अगे ऐसी बीतियां मेरे खुस गए नैन प्राण बहुत बहुत ही खूबसूरत है जिहड़ा तुसी पूरा रंग बन्या है इस ट्रालियां दे विच क्योंकि इत्थे हर तरह के लोग पहुंचे है हरेक आपो अपने तरीके नाल भावे थोड़ा बहुता योगदान पर हो गए ने भी साडे कोल आए पर उत्थों लगी दा साडे कोल पहुंचे नहीं टाइम नहीं मिला बड़े भरा सज्जन सानू बुलाउंदे आ पंजवां प्रोग्राम कर चुके हैं ते अजे तीन चार होर बुलाउण वाले फोन साडे बहुत लिखे ने वापसी अजे घंटा दो होर पै जाने ने सानू चल मोदी ने कानून तो गलत बनाए ने पर साडे साहब जिहड़ियां रूहां नाल असीं साडी मुलाकात सच्चे पातशाह कराई पता किन्ने खुश है ਸਾਡਾ ਤਾਂ ਘਰ ਜਾਣ ਤੇ ਜੀ ਨਹੀਂ ਕਰਦਾ ਪੰਜਾਬੀ ਜਿਹੜੀ ਹੈ ਨਾ ਜਿੰਦਾ ਦਿਲ ਕੌਮ ਆ ਜਿਹੜੇ ਹਾਲਾਤ 'ਚ ਮਰਜ਼ੀ ਹੋਣ ਅਤੇ ਉੱਥੇ ਆਪਣਾ ਇੱਕ ਪੰਜਾਬ ਵਸਾ ਲੈਂਦੇ ਆ ਅਤੇ ਪੰਜਾਬੀ ਆਪਣੇ ਇੱਕ ਤਰ੍ਹਾਂ ਨਾਲ ਜਿੰਦਾ ਦਿਲ ਕੌਮ ਆ ਅਤੇ ਖੁਸ਼ ਰਹਿਣਾ ਇਹਨਾਂ ਨੇ ਸਿੱਖਿਆ ਹਰ ਇੱਕ ਗਮੀ 'ਚੋਂ ਵੀ ਖੁਸ਼ੀ ਲੱਭ ਲੈਂਦੇ ਅਸੀਂ ਤਿੰਨ ਭਰਾ ਹੈ ਜੀ ਅਤੇ ਮੇਰੀ ਮਾਤਾ 113 ਸਾਲ ਦੀ ਹੈ ਅਤੇ ਪੈਰਾਂ ਬਾਹਰ ਜਾਂਦੀ ਅਤੇ ਕਿਸੇ ਨੂੰ ਕਰਾਉਂਦੀ ਨਹੀਂ ਵੀ ਹਿੰਮਤ ਅਤੇ 7 ਸਾਲ ਹੋ ਗਏ ਨੇ ਮੇਰੇ ਕੋਲ ਹੈਗੀ ਹੈ ਅਤੇ ਥੱਲੇ ਰਿਸ਼ਕ ਕੇ ਚਾਰ ਪਾਈ ਤੂੰ ਤਾਂ ਰੇ ਅਸੀਂ ਜਾਂਦੀ ਪੈਰਾਂ ਬਾਹਰ ਅਤੇ ਫਲੱਛਾਂ 'ਚ ਸਾਨੂੰ ਹੱਥ ਨਹੀਂ ਲਾਉਣ ਦਿੰਦੀ ਨਾ ਨਾਉਣ ਤੂੰ ਰੱਥ ਅਤੇ ਉਂਝ ਦੇਖ ਲਓ ਵੀ ਇਹ ਬੋਲ ਹੀ ਨਹੀਂ ਸਕਦੀ ਅਤੇ 113 ਸਾਲ ਦੀ ਅਤੇ ਅੱਗੇ ਮੈਂ ਉਹਦਾ ਵਸਾਹ ਨਹੀਂ ਕਦੇ ਕੀਤਾ ਪਰ ਆਹ ਜਿਹੜਾ ਆਪਣਾ ਸਾਰਾ ਚਲੋ ਉਹ ਤਾਂ ਉਂਦਰ ਉਮਰਾਂ ਉਹਦੀ ਬਹੁਤ ਹੋਈ ਪਈ ਆਹ ਜਿਹੜਾ ਆਪਣੇ ਤਾਂ ਕਹਿਰ ਗੁਜ਼ਰਿਆ ਪਿਆ ਨਾ ਇਹ ਤਾਂ ਅਸੀਂ ਪੂਰਾ ਨਿਭਾ ਕੇ ਜਾਵਾਂਗੇ ਭਾਵੇਂ ਇੱਕ 'ਚ ਗੋਲੀ ਵੀ ਚੱਲ ਜਾਏ ਲੱਗ ਜਾਏ ਸਿੰਘੂ ਬਾਰਡਰ ਤੋਂ ਦਿਖਾਉਂਦੇ ਰਹਾਂਗੇ ਤੁਸੀਂ ਦੇਖਦੇ ਰਹੋ ਜੀ ਟੀ ਰੋਡ ਐਫ ਐਮ ਕੈਮਰਾਮੈਨ ਲਾਡੀ ਸ਼ਰਮਾ ਦੇ ਨਾਲ ਮੈਂ ਵਰਿੰਦਰ ਔਲਖ ਸਿੰਘੂ ਬਾਰਡਰ